इनू साई मियां मीर तो पता लगा सी। महाराज की वड्याई सुन के साई मियां मीर जी दे पासों इन्हें सतगुरां नू मिलन की इच्छा जाहर की। एक खत लिखिया जिस खत का अनुवान सी शौंकनामा। महाराज के दर्शनां दी उहदे विच इच्छा प्रगट कीती सी ते नाल ये दस्या सी कि मेरी इच्छा दे विरुद्ध ये राज भाग दे जंजाल मेरे गल पाए हुए हन। सतगुरां ने भी इहनू शाबाश दित्ती, बड़े प्यारे बचन कीते कि तेरे ते वाहिगुरु की कृपा है, तेरे ते अल्लाह दी खुदा दी कृपा है, तैनू दोजख नहीं वेखना पवेगा, तू जन्नत दे दोजख स्वर्ग ते नरक तो परे हो गया है, तू आत्म ज्ञानी हो गया, इसलिए तू डरना घबराना नहीं। इस तरह महाराज ने इनू शाबाश दित्ती। इनू महाराज जी ने बहुत प्यारे बचना दे नाल संबोधन किया। अगों फिर की कुछ वरत्या है, सतगुरु दे चरणां दा ध्यान लवाहा ਮੰਗਤੇ ਨੂੰ ਗਰੀਬੜੇ ਨੂੰ ਸੁਰ ਤਰ ਉਹ ਦਰਖਤ ਜਿਹਨੂੰ ਪਾਰ ਜਾਤ ਕਹਿੰਦੇ ਨੇ, ਜਿਹਦੇ ਥੱਲੇ ਖਲੋ ਕੇ ਜੋ ਮੰਗੀਏ ਮਿਲਦਾ ਹੈ, ਕਹਿੰਦੇ ਨੇ ਉਹ ਮਿਲ ਗਿਆ ਹੋਵੇ ਮੂੰਹ ਮੰਗੀਆਂ ਮੁਰਾਦਾਂ ਦੇਣ ਵਾਲਾ। ਜਿਨ ਕੇ ਬਚਨ ਸਦਾ ਹੈ ਸੱਚੇ, ਜਿਹੜੇ ਸਤਿਗੁਰਾਂ ਦੇ ਬਚਨ ਕਦੇ ਝੂਠੇ ਨਹੀਂ ਹੁੰਦੇ, ਸਦਾ ਹੀ ਸੱਚੇ ਰਹਿੰਦੇ ਹਨ। ਅਮਰੇ ਬੜਿਆਂ ਸੰਗ ਕਿਆ ਨਹੀਂ, ਸਦਾ ਹੀ ਪੂਰੇ ਹੁੰਦੇ ਰਹੇ। ਜਗ ਮਹਿ ਨਰ ਲੱਖ ਹੋ ਪਤਿਆਈ, ਲੱਖਾਂ ਲੋਕਾਂ ਨੇ ਪਤਿਆ ਪਤਿਆ ਕੇ ਵੇਖ ਲਿਆ। ਸਾਧ ਸੰਗਤ ਜੀ ਥੋੜਾ ਜਿਹਾ ਇੱਥੇ ਆਪਾਂ ਵੀ ਵਿਚਾਰ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿੰਨੇ ਕੁ ਲੋਕਾਂ ਨੇ ਪਰਤਾ ਕੇ ਵੇਖਿਆ ਹੋਇਆ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਗੁਰੂ ਨੇ, ਲੱਖਾਂ ਲੋਕਾਂ ਨੇ, ਕਰੋੜਾਂ ਲੋਕਾਂ ਨੇ। ਅਤੇ ਸਾਧ ਸੰਗਤ ਜੀ ਫਿਰ ਸਾਡਾ ਕੀ ਹਾਲ ਹੈ, ਅਸੀਂ ਫਿਰ ਵੀ ਪੂਰੇ ਗੁਰੂ 'ਤੇ ਭਰੋਸਾ ਹੀ ਨਹੀਂ ਕਰਦੇ ਅਤੇ ਆਪਾਂ ਫਿਰ ਕਿਸੇ ਮੜੀ 'ਤੇ ਜਾਈਏ, ਕਦੇ ਕਿਸੇ ਕਬਰ 'ਤੇ ਚਲੇ ਜਾਈਏ ਅਤੇ ਜੇ ਕੋਈ ਕਹਿੰਦਾ ਹੈ ਕਬਰਾਂ 'ਤੇ ਨਾ ਜਾਓ, ਉਹ ਬਾਬਾ ਜੀ ਇਹ ਜਿਹੜਾ ਫਲਾ ਹੈ ਨਾ, ਜੇ ਮੱਝ ਸੂਈ ਤਾਂ ਉਹਦੇ ਨਾ ਪਹਿਲੀ ਖੀਰ ਲੈ ਕੇ ਜਾਈਏ ਅਤੇ ਫਿਰ ਪਤਾ ਨਹੀਂ ਖਣੀ ਮੱਝ ਨਹੀਂ ਮਿਲਦੀ ਕੀ ਹੋ ਜਾਂਦਾ, ਅਸੀਂ ਇੱਥੇ ਖਲੋਤੇ ਰਹਿੰਦੇ ਹਾਂ, ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਲੰਘ ਗਈਆਂ ਅਤੇ ਸਾਨੂੰ ਉਹ ਕਬਰ ਤੋਂ ਡਰ ਵੀ ਲੱਗੀ ਜਾਂਦਾ ਹੈ ਅਤੇ ਉਸੇ ਮੂੰਹ ਦੇ ਨਾਲ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਤਾਂ ਪੂਰੇ ਗੁਰੂ ਨੇ, ਅਸੀਂ ਤਾਂ ਉਹਨਾਂ ਨੂੰ ਮੰਨਦੇ ਹਾਂ। ਉਹ ਕਿਉਂ ਝੂਠ ਬੋਲਦਾ ਭਾਈ, ਝੂਠ ਨਾ ਬੋਲ, ਤੂੰ ਕਦੋਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਗੁਰੂ? ਨਹੀਂ ਜੀ ਮੈਂ ਤਾਂ ਮੰਨਦਾ। ਅਤੇ ਜੇ ਮੰਨਦਾ ਹੋਵੇ ਤਾਂ ਫਿਰ ਕਬਰਾਂ 'ਤੇ ਕਿਉਂ ਜਾਵੇਂ ਤੂੰ? ਜੇ ਮੰਨਦਾ ਹੋਵੇਂ ਤਾਂ ਜਣੇ ਕਣੇ ਬਾਬੇ ਦੇ ਕੋਲ ਜਾ ਕੇ ਧਾਗਾ ਜਿਹਾ ਬਣਵਾਉਣ ਲੱਗ ਪਵੇਂ, ਹੱਥ ਜਿਹਾ ਅੱਡਣ ਲੱਗ ਪਵੇਂ, ਤੈਨੂੰ ਇਹ ਕੁਝ ਕਰਨ ਦੀ ਲੋੜ ਹੀ ਨਾ ਹੋਵੇ। ਤਾਂ ਇਹਦਾ ਮਤਲਬ ਕਿ ਪਰਖੇ ਹੋਏ ਗੁਰੂ 'ਤੇ ਤਾਂ ਭਰੋਸਾ ਕੋਈ ਨਹੀਂ ਕਰਦੇ, ਅਤੇ ਉਹਨਾਂ 'ਤੇ ਭਰੋਸਾ ਕਰ ਲੈਂਦੇ ਹਾਂ ਜਿਹਦੇ ਬਾਬੇ 'ਤੇ ਮੁੜ ਕੇ ਬਾਅਦ ਵਿੱਚ ਪਤਾ ਲੱਗਦਾ ਹੈ ਇਹਨੇ ਡੇਰਾ ਵੀ ਨਜਾਇਜ਼ ਕਬਜ਼ਾ ਕਰਕੇ ਬਣਾਇਆ, ਲੋਕਾਂ ਨੂੰ ਲੁੱਟਿਆ, ਮਾਰਿਆ, ਕਾਤਲ ਹੈ, ਦੁਸ਼ਟ ਹੈ। ਉਹ ਬਾਬਾ ਮੁੜ ਕੇ ਜਿਹੜਾ ਬਾਹਰ ਬੈਠੇ ਵੇਖੀ ਬਦਰ ਵੱਲ ਕਰਨ ਬਹਿ ਜਾਂਦੇ ਹਾਂ, ਕੋਈ ਨਹੀਂ ਅਤੇ ਜੇ ਗੁਰੂ 'ਤੇ ਪ੍ਰਸਾਵਾ ਉਸ ਗੁਰੂ ਸਿਰਕ ਨਾਲ ਕਿਉਂ
ਆਪਣੇ ਤੇ ਸਵਾਲ ਕਰਨਾ ਆਪਣੇ ਜੇ ਤੇ ਨਹੀਂ ਕਿੰਦੀ ਰਿਸ਼ਤੇ ਸਤਿਗੁਰੂ ਸਾਹਿਬ ਤੋਂ ਤੰਬਲ ਅਸੀਂ ਦੰਬੀਆਂ ਪਖੰਡੀਆਂ ਨੂੰ ਪਛਾਣੀਏ ਅਸੀਂ ਇਹਨਾਂ ਦੇ ਜੰਜਾਲ ਵਿੱਚ ਫਸ बच जाइए ते पूरे गुरु जी तुहाडे चरणां दे विच समर्पण करिए ਜਿਹੜੀਆਂ ਜੜੀਆਂ ਬੂਟੀਆਂ ਇਲਾਜ ਲਈ ਲੋੜੀਂਦੀਆਂ ਸਨ ਇਹ ਸਤਵੇਂ ਪਾਤਸ਼ਾਹ ਜੀ ਨੇ ਭੇਜੀਆਂ ਲੌਂਗ ਰੁਮੁਕਤਾ ਦੀਨਸ ਐਸੇ ਉਹ ਜਿਹੜੇ ਲੌਂਗ ਵਗੈਰਾ ਤੇ ਉਹ ਮੋਤੀ ਇਹ ਤਿੰਨ ਵਸਤੂਆਂ ਬਹੁਤ ਕੀਮਤੀ ਸਨ ਇਹ ਸਤਿਗੁਰਾਂ ਨੇ ਦਿੱਤੀਆਂ ਖੋਜਿਆ ਜਗ ਪਈਐ ਨਹਿ ਤੈਸੇ ਸਾਰੇ ਜਗਤ ਵਿੱਚੋਂ ਖੋਜਿਆ ਵੀ ਇਹ ਚੀਜ਼ਾਂ ਨਹੀਂ ਸਨ ਲੱਭੀਆਂ ਜਿਨ ਕੀ ਸਤ ਕੀਰਤ ਦਿਸ਼ ਚਾਰੀ ਜਿਨ੍ਹਾਂ ਦੀ ਕੀਰਤੀ ਜਿਨ੍ਹਾਂ ਦੀ ਵਡਿਆਈ ਸਾਰੇ ਜਗਤ ਵਿੱਚ ਹੈ ਸੰਤ ਮਹੰਤਨ ਮਹਿ ਵਿਸਤਾਰੀ ਸੰਤਾਂ ਮਹੰਤਾਂ ਦੇ ਵਿੱਚ ਬੜੀ ਵਡਿਆਈ ਹੈ ਜਹ ਕਹਿ ਸੁਣੀ ਨਾ ਛਾਨੀ ਅਹ ਜਿੱਤੇ ਕਿਤੇ ਵੀ ਯਤਨ ਕਰਨ ਤੋਂ ਇਹ ਚੀਜ਼ਾਂ ਨਹੀਂ ਸਨ ਲੱਭੀਆਂ ਤੇ ਕੇਵਲ ਗੁਰੂ ਘਰ ਵਿੱਚੋਂ ਲੱਭੀਆਂ ਬ੍ਰਹਮ ਗਿਆਨੀ ਜਿਨ ਕੋ ਜਸ ਕਹੈ ਵੱਡੇ ਵੱਡੇ ਜਿਹੜੇ ਬ੍ਰਹਮ ਗਿਆਨੀ ਨੇ ਧਿਆਨੀ ਨੇ ਗਿਆਨੀ ਨੇ ਜਿਹੜੇ ਸਾਧ ਸੰਗਤ ਜੀ ਅਨੁਭਵੀ ਨੇ ਪਖੰਡੀ ਨਹੀਂ ਅਨੁਭਵੀ ਉਹ ਵੀ ਸਤਿਗੁਰਾਂ ਦੀ ਵਡਿਆਈ ਕਰਦੇ ਹਨ ਮੌਲਾ ਪਾਕ ਮਿਹਰ ਜਬ ਤਰੈ ਜਿਹੜਾ ਪਰਮੇਸ਼ਰ ਤਬ ਸਤਿਗੁਰ ਕੋ ਦਰਸ਼ਨ ਕਰੈ ਤਾਂ ਜਾ ਕੇ ਐਵੇਂ ਨਹੀਂ ਤਾਂ ਜਾ ਕੇ ਸ੍ਰੀ ਸਤਿਗੁਰੂ ਮਹਾਰਾਜ ਦੇ ਦਰਸ਼ਨ ਹੁੰਦੇ ਹਨ ਇਮ ਚਿਤਵਤ ਬੀਤਿਓ ਚਿਰ ਕਾਲ ਇਸ ਤਰ੍ਹਾਂ ਚਿਤਵਦਿਆਂ ਬੜਾ ਹੀ ਚਿਰ ਬਤੀਤ ਹੋ ਗਿਆ ਬਹੁਰ ਜੰਗ ਭਾ ਨੌ ਰੰਗ ਨਾਲ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਸਮਾਂ ਬੀਤਿਆ ਤੇ ਉਹ ਵਕਤ ਆ ਗਿਆ ਹੈ ਕਿ ਜਦੋਂ ਔਰੰਗਜ਼ੇਬ ਦੇ ਨਾਲ ਜੰਗ ਹੋਣ ਲੱਗੀ ਸ੍ਰੀ ਨਗਰ ਤੇ ਚੱਲ ਕਵੀ ਜੀ ਰੂਪਕਾਰੀ ਅਨੁਸਾਰ ਉਹ ਤੋਂ ਹੋ ਕੇ ਆਇਆ ਵੈਸੇ ਇਹਦਾ ਸਾਰੇ ਗ੍ਰੰਥਾਂ ਤੋਂ ਸਿੱਧਾ ਹੀ ਆਗਰੇ ਤੋਂ ਦਿੱਲੀ ਤੇ ਦਿੱਲੀ ਤੋਂ ਲਾਹੌਰ ਆਉਣਾ ਹੀ ਸਿੱਧ ਹੈ ਜਿਹੜਾ ਸੁਲੇਮਾਨ ਸੀ ਇਹਦਾ ਉਹ ਪੂਰਬਲੇ ਪ੍ਰਸੰਗ ਚੇਤ ਆਏ ਪੂਰਬਲੇ ਸਾਰੇ ਪ੍ਰਸੰਗ ਚੇਤੇ ਕੀਤੇ ਵੈਸੇ ਕੀਰਤਪੁਰ ਸਾਹਿਬ ਨਹੀਂ ਕਵੀ ਪਰ ਡੇਰਾ ਦੱਸਦਾ ਸੱਜਣ ਕਈਆਂ ਸੱਜਣਾਂ ਨੇ ਪੁੱਛਿਆ ਜੀ ਅਰਜਨ ਦੇਵ ਜੀ ਆਇਆ ਸੀ ਇਹਦਾ ਤਾਇਆ ਕੀਰ ਦਾ ਪੁੱਤਰ ਜਿਹੜਾ ਅਕਬਰ ਸੀ ਇਹਦੇ ਨਾਲ ਜਹਾਂਗੀਰ ਦੀ ਬਿਲਕੁਲ ਨਹੀਂ ਸੀ ਬਣਦੀ ਤੇ ਜਿਹੜਾ ਖੁਸਰੋ ਸੀ ਉਹਦੀ ਆਪਣੇ ਪਿਓ ਜਹਾਂਗੀਰ ਦੀ ਤੇ ਅਬੀ ਖੁਸਰ ਦੀ ਆਪੋ ਵਿੱਚ ਬਣ ਉਹ ਦਾਦਾ ਤੇ ਪੋਤਵੇਂ ਜਹਾਂਗੀਰ ਨੂੰ ਚੰਗਾ ਨਹੀਂ ਸਨ ਸਮਝਦੇ ਤੇ ਖੁਸਰੋ ਦੀ ਉਮਰ ਬੜੀ ਥੋੜ੍ਹੀ ਸੀ ਅਕਬਰ ਚਾਹੁੰਦੇ ਮੈਂ ਆਪਣੇ ਰਾਜ ਦਾ ਵਾਰਸ ਆਪਣੇ ਮੁੱਖ ਜਹਾਂਗੀਰ ਬਜਾਏ ਆਪਣੇ ਪਿਓ ਪਰ ਖੁਸਰੋ ਜੋ ਜਹਾਂਗੀਰ ਬਹੁਤ ਜ਼ੋਰ ਪਾ ਕੇ ਆਪ ਜਦੋਂ ਰਾਜ ਭਾਗ 'ਤੇ ਕਬਜ਼ਾ ਕਰ ਲਿਆ ਤਾਂ ਖੁਸਰੋ ਬਾਗੀ ਹੋ ਗਿਆ ਉਹ ਫਿਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰੁਕਿਆ ਸੀ ਕਿ ਭਗਵਾਨ ਕਰਨ ਲੈ
ਤੇ ਸੱਚ ਜਾਣੋ ਉਸ ਵੇਲੇ ਉਹਨੂੰ ਸ਼ਰ ਕੋਈ ਨਹੀਂ ਦਿੰਦਾ ਉਸ ਵੇਲੇ ਕੇਵਲ ਤੇ ਕੇਵਲ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹਦੇ ਹੋਰ ਕਿਸੇ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ ਇਸੇ ਤਰ੍ਹਾਂ ਜਹਾਂਗੀਰ ਦਾ ਪੁੱਤਰ ਅੱਗੇ ਹੈ ਸ਼ਾਹਜਹਾਂ ਅਤੇ ਸ਼ਾਹਜਹਾਂ ਦੇ ਪੁੱਤਰ ਨੇ ਦਾਰਾ ਸ਼ਿਕੋ ਸ਼ਾਹ ਸੁਜਾ ਮੁਰਾਦ ਇਤਿਹਾਸ ਵੱਖਰਾ ਹੈ ਦਾਰਾ ਸ਼ਿਕੋ ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਵਾਲਾ ਇਤਿਹਾਸ ਵੱਖਰਾ ਹੈ ਮਿਲੋ ਅਬ ਹੈ ਸਤਿਗੁਰ ਜਿਸ ਥਾਏ ਉਹ ਕਹਿਣ ਲੱਗਾ ਮੈਂ ਮਿਲਣਾ ਚਾਹੁੰਦਾ ਸਤਿਗੁਰਾਂ ਨੂੰ ਕਿੱਥੇ ਮਿਲਣਗੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜਿੱਥੇ ਤਿਨਹਿ ਬੁਲਾਏ ਬੂਝ ਬੇ ਚਹਾ ਉਹਨਾਂ ਨੂੰ ਕੋਲ ਬੁਲਾ ਕੇ ਪੁੱਛਣਾ ਚਾਹਿਆ ਕੌਣ ਦੇਸ਼ ਅਬ ਗੁਰੂ ਬਿਰਾਜੇ ਇਸ ਵੇਲੇ ਗੁਰੂ ਹਰਿ ਰਾਏ ਸਾਹਿਬ ਜੀ ਕਿਹੜੇ ਦੇਸ਼ ਵਿੱਚ ਬਿਰਾਜਮਾਨ ਹਨ ਕਬ ਕੇ ਗਏ ਸਮੇਤ ਸਮਾਜੇ ਹੁਣ ਦੇ ਕਦੋਂ ਕਦੇ ਗਏ ਨੇ ਉਹ ਤੇ ਕਦੋਂ ਤੱਕ ਉਹਨਾਂ ਨੇ ਉੱਥੇ ਰੁਕਣਾ ਹੈ ਆਪਣੇ ਸਾਰੇ ਸੰਗੀਆਂ ਸਾਥੀਆਂ ਸੇਵਾਦਾਰਾਂ ਦੇ ਸਮੇਤ ਅਮਰੋ ਮੇਲ ਹੋਏ ਕਹਿ ਨਾਹੀ ਪਹਿਲਾ ਕਿੱਥੇ ਡੇਰਾ ਹੈ ਬਿਆਸ ਦਰਿਆ ਦੇ ਕਿਨਾਰੇ ਤੇ ਸ੍ਰੀ ਗੋਇੰਦਵਾਲ ਸਾਹਿਬ ਮਾਝੇ ਦੇਸ਼ ਗਏ ਗੁਰ ਦਇਆਲ ਸਤਿਗੁਰੂ ਗਰੀਬ ਨਿਵਾਜ ਜੀ ਮਾਝੇ ਦੇ ਦੇਸ਼ ਵਿੱਚ ਗਏ ਹੋਏ ਹਨ ਆਪ ਮਿਲਣ ਕੀ ਲਾਲਸ ਤਰੋ ਆਪ ਜੀ ਜੇ ਮਿਲਣਾ ਚਾਹੁੰਦੇ ਹੋ ਤੇ ਉਧਰ ਨੂੰ ਚਲੇ ਜਾਓ ਨਰ ਪ੍ਰਧਾਨ ਪਠਾਵਣ ਕਰੋ ਜਾਂ ਫਿਰ ਆਪਣੇ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਭੇਜ ਦਿਓ ਜਿਹੜੇ ਤੁਹਾਡੇ ਸੰਗੀ ਸਾਥੀ ਅਭਿਲਾਖਾ ਸੋ ਕਹੇ ਤੁਮਾਰੀ ਤੁਹਾਡੀ ਅਭਿਲਾਖਾ ਉਹ ਸਤਿਗੁਰਾਂ ਨੂੰ ਦੱਸ ਦੇਣ ਜਾ ਕੇ ਸੁਧ ਪਾਵਹੇ ਜਬ ਗੁਰੂ ਅਗਾਰੀ ਜਦੋਂ ਸਤਿਗੁਰੂ ਜੀ ਪਹਿਲਾਂ ਹੀ ਤੁਹਾਡੇ ਆਉਣ ਦੀ ਖਬਰ ਜਾਣ ਲੈਣਗੇ ਰਹਿ ਟਿਕੇ ਨਹਿ ਇਤ ਉਤ ਹੋਏ ਜੇ ਕਿਤੇ ਜਾਣਾ ਵੀ ਹੋਇਆ ਤੇ ਨਾ ਜਾਣਗੇ ਉੱਤੇ ਰੁਕ ਕੇ ਤੁਹਾਨੂੰ ਉਡੀਕ ਕੇ ਚਲੇ ਜਾਣਗੇ ਪ੍ਰੇਮ ਆਪ ਕੋ ਪਰਖ ਹੈ ਸੋਏ ਆਪ ਦੇ ਪ੍ਰੇਮ ਨੂੰ ਪਰਖਦੇ ਹੋਣਗੇ ਉੱਤੇ ਬੈਠੇ ਦਾਰ ਸ਼ਿਕੋ ਸੁਣੀ ਸਿੱਖ ਬਾਣੀ ਦਾਰਾ ਸ਼ਿਕੋ ਨੇ ਇਹ ਸਿੱਖਾਂ ਦੇ ਕੋਲੋਂ ਗੱਲ ਸੁਣ ਕੇ ਕੀਨ ਸਰਾਹਣ ਨੀਕੇ ਮਾਨੀ ਆਪਣੇ ਮਨ ਵਿੱਚ ਇਸ ਗੱਲ ਨੂੰ ਬੜਾ ਚੰਗਾ ਜਾਣਿਆ ਤੇ ਸਿੱਖਾਂ ਦੀ ਸਲਾਹ ਨੂੰ ਇਹਨੇ ਵਡਿਆਇਆ ਮੁਖ ਪਾਸ ਕੋ ਮਨੁੱਖ ਪਠਾਵਾ ਆਪਣੇ ਕੋਲੋਂ ਕੁਝ ਸਿਆਣੇ ਬੰਦਿਆਂ ਨੂੰ ਭੇਜ ਦਿੱਤਾ ਅੱਗੇ ਅੱਗੇ ਸਕਲ ਹਕੀਕਤ ਕੋ ਸਮਝਾਵਾ ਸਾਰੀ ਗੱਲ ਸਤਿਗੁਰਾਂ ਨੂੰ ਸਮਝਾ ਦੇਣ ਦਾ ਹੁਕਮ ਦੇ ਦਿੱਤਾ ਕਿਰਪਾ ਠਾਣ ਦਰਸ਼ਨ ਇੱਕ ਵਾਰੀ ਇੱਕ ਵਾਰੀ ਕਿਰਪਾ ਕਰਕੇ ਮਹਾਰਾਜ ਮੈਨੂੰ ਦਰਸ਼ਨ ਦੇ ਦਿਓ ਮੌਕਾ ਹੋ ਦੇਹੋ ਲਾ
लालसा धारी। ये मेरे मन की लालसा है, जरूर कृपा करके मैनू आप जी दर्शन दियोगे। पूरन गमण्यो गुर टिक गए हो। इस तरह सतगुरु महाराज जी के चरणा के पास वह बेनती लैके चले गए। सकल प्रसंग सुनावत भय हो। सारा प्रसंग दारा शिको दा सुना दिता। दोहरा श्री सतगुर हर राय जी कीरतपुर को छोर। इधर श्री सतगुरु जी कीरतपुर साहब तो जिस वेले गए सन दुआबे तो माझे दी धरती वल। निज बड़ेन गुर थान को देखन माझे होर। अपने वड्डियां वडेरियां महापुरखां दे अस्थाना दे दर्शन करन वास्ते माझे दी धरती ते पड़ा कीता होया। चौपाई तो मैं रौड़े चले कदे कदे घोड़े ते चढ़ पैंदे। कंब मतंग पर होए असवार। कदे कदे हाथी दी असवारी भी करिया कर दे। संग वाहनी कितक हजार। नाल बहुत हजारां दी गिनती दे विच सैना हुंदी। सुबट कुदावत चल है तुरंग। घोड़िया नू कुदाउंदे होए ओ सूरमे बहादुर सतगुरां दे नाल नाल जांदे। गुरु दिखाव है मनहो कुरंग। मानो के सतगुरु जी सच्चे पातशाह जी नू अपने करतब विखाउंदे जांदे हन। इम गमनत गे पास बिपासा। इस तरह चलदे चलदे ब्यास दरिया दे कंडे दे पहुंच गए। सिंध गामनी सुजल बिलासा। सात संगत जी बहुत सुंदर जल वगदा सी जो सतलुज दरिया दा। इस वेले तां दरिया भी हुण मरन कंडे मारी मारी दित्ते गाली घुट दित्ता। सात संगत जी ये जिहड़ा कुदरती दरियावां दा वहन पुराने समय दे विच सतलुज दरिया दे बाबत यह सी कि बड़ा वड्डा दरिया है ते 100 धारा इस दरिया दियां खिलर खिलर के कई थाई बन दियां। बड़ा वड्डा दरिया सी। तो हुण जदों को बच्चे पुछदे ने ना सतलुज दरिया, सात संगत जी आप जी का तजर्बा होएगा जदों किते लंघदे जांदे वेखदे आ ते उह गंदे नाले तो वध के कुछ भी नहीं रह गया। ये कुदरत दे नाल असीं जदों छेड़छाड़ करदे हाँ फिर उहदा खमियाजा भी मनुख नूं भुगतना पैंदा है, ये असीं भुल जाने। सो वह दरिया उस वेले बड़ा भरवां वगिया करदा सी। नौका करी सकेलन सारी। इहते नौका सन किश्तियां ब्यास दरिया दे किनारे ते ते ब्यास दे किनारे ते सारियां ही नौका जेड़ियां ने ना बेड़ियां ए महाराज ने अपने कब्जे लै लईयां। चढ़ सैना गान उतरी पारी। गोइंदवाल दे किनारे ते वसिया होया नगर है। जाए पहुंच करी दूरों सतगुरां वेखे कीती। गए बाप का फेर सब गए हन इशनान कीता। अमृत जल पौन कीन सपे। अमृत जल दे सपे संतत सारी। सतगुरु अमरदास जी दी जो संतान है ना भले साहब जादे ने जिन्ना भी परिवार है। जह कहते निज निकट हकारी। कितो कितो सारिया नू आवाज दे के कोल बुला लिया। सिख
ਸਿੱਖ ਆਏ ਕਰ ਬੰਧਨ ਭਲੇ। ਸਾਰੇ ਸਿੱਖ ਵੀ ਆ ਗਏ ਗੋਇੰਦਵਾਲ ਸਾਹਿਬ ਦੇ, ਆਣ ਆਣ ਕੇ ਸਭਨਾ ਨੇ ਮਹਾਰਾਜ ਨੂੰ ਮੱਥਾ ਟੇਕਿਆ। ਸ਼੍ਰੀ ਹਰਿ ਰਾਏ ਸੰਗ ਸਭ ਮਿਲੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਆਰਬਲਾ ਸਾਧ ਸੰਗਤ ਜੀ ਉਸ ਵੇਲੇ 27 ਸਾਲ ਦੀ ਹੋਈ ਸੀ ਜਿਸ ਵੇਲੇ ਮਹਾਰਾਜ ਗੋਇੰਦਵਾਲ ਸਾਹਿਬ ਆਏ, ਸਾਰੇ ਆ ਕੇ ਮਿਲੇ। ਕੀਰਤਨ ਕੋ ਕਰਵਾਏ ਅਗਾਰੇ। ਇੱਥੇ ਫਿਰ ਕੀਰਤਨ ਹੋਣ ਲੱਗਾ, ਗੁਰੂ ਕੇ ਰਬਾਬੀ ਸਿੰਘ ਲੱਗੇ ਨੇ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਗਾਉਣ। ਸਣੇ ਸਣੇ ਗੁਰਪੁਰੀ ਪਧਾਰੇ। ਇੱਥੇ ਸਤਿਗੁਰੂ ਜੀ ਹੌਲੀ ਹੌਲੀ ਚੱਲਦੇ ਗੁਰੂ ਕੇ ਪਾਵਨ ਅਸਥਾਨ ਚੁਬਾਰਾ ਸਾਹਿਬ ਪਹੁੰਚੇ। ਪ੍ਰੇਮ ਕਰੇ ਸੁਣਤੇ ਗੁਰਬਾਣੀ। ਇੱਥੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਪ੍ਰੇਮ ਦੇ ਵਿੱਚ ਰੱਤੇ ਸਤਿਗੁਰੂ ਜੀ ਤਪ ਕਰਿਆ ਕਰਦੇ। ਭੱਲਿਆਂ ਕੀ ਕੋਲ ਬਸੈ ਮਹਾਨੀ। ਤੇ ਭੱਲਿਆਂ ਦੀ ਕੁੱਲ ਬੜੀ ਮਹਾਨ ਬੜੀ ਵੱਡੀ ਵਸਦੀ। ਸ਼੍ਰੀ ਗੁਰ ਅਮਰਦਾਸ ਚੌਬਾਰੇ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਅਸਥਾਨ ਜੋ ਗੁਰਦੁਆਰਾ ਚੁਬਾਰਾ ਸਾਹਿਬ ਹੈ। ਜਹਾਂ ਬਸੇ ਬਹੁ ਬਰਖ ਗੁਜ਼ਾਰੇ। ਜਿੱਥੇ ਬੜੇ ਸਾਲ ਮਹਾਰਾਜ ਨੇ ਗੁਜ਼ਾਰੇ ਹਨ। ਤਹਾਂ ਗਏ ਸਤਿਗੁਰ ਹਰਿ ਰਾਏ। ਉੱਤੇ ਗਏ ਜਿਸ ਵੇਲੇ ਪ੍ਰਥਮ ਸੁਪਾਨ ਥਾਨ ਸਿਰ ਨਿਆਏ। ਪਹਿਲਾਂ ਜਾਂਦਿਆਂ ਸਾਰ ਉਸ ਅਸਥਾਨ ਵਿਖੇ ਸੀਸ ਨੇ ਚਰਨ ਮਹਾਨ। ਇਹਤੇ ਮਹਾਰਾਜ ਨੇ ਤਪ ਕੀਤਾ, ਭਗਤੀ ਕੀਤੀ, ਸਿਮਰਨ ਕੀਤਾ, ਸਥਿਤ ਹੋ ਗਏ ਨੇ, ਜੁੜ ਗਏ ਨੇ, ਚੌਂਕੜਾ ਲਾਇਆ ਹੈ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ। ਦੀਪ ਸਤੂਪ ਕੁਸਮ ਬਿਸਤਾਰੇ। ਇੱਥੇ ਸਾਧ ਸੰਗਤ ਜੀ ਮੇਰੇ ਪਾਤਸ਼ਾਹ ਜੀ ਨੇ ਕੁਝ ਸਮਾਂ ਬੈਠ ਕੇ ਨਾਮ ਬਾਣੀ ਦਾ ਅਭਿਆਸ, ਸਿਮਰਨ, ਸਤਿਗੁਰਾਂ ਦੀ ਯਾਦ, ਗੁਰ ਕੇ ਪ੍ਰੇਮ ਵਿੱਚ ਜੁੜਨਾ ਹੈ। ਤੋ ਇੱਥੇ ਸੁੰਦਰ ਸੁਗੰਧੀਦਾਰ ਧੂਪ ਇਤਿਆਦਕ ਔਰ ਕੁਸਮ ਵਗੈਰਾ ਛਿੜਕਾਅ ਕਰ ਦਿੱਤੇ ਗਏ। ਸੰਗਤ ਮੇਲ ਇੱਥੇ ਪ੍ਰਸ਼ਾਦੀ ਦੇ ਗੁਰੂ ਕਾਲ ਕਰਨ ਮੋੜ ਕੇ ਬਹਿ ਗਏ। ਅਮਰ ਸੰਤ ਕੁਸ਼ਲ ਪ੍ਰਸ਼ਨ ਸੂਖਮ ਬਸਤ ਸੁੰਦਰ ਸੁੰਦਰ ਪਹਿਣ ਵਾਸਤੇ ਵੰਡੇ ਨੇ ਗੁਰੂ ਮਹਾਰਾਜ ਨੇ ਪ੍ਰਭ ਗਾਏ ਵਾਸਤੇ ਹੋਰ ਰੂਪ ਦੇ ਵਿੱਚ ਖਪੇਟੀ ਜਾਂਦੀ। ਸਾਸ ਜੀ ਸਾਹਿਬ ਜੀ ਤੋਂ ਹੋਇਆ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ, ਇੱਕ ਵਾਰ ਅਸੀਂ ਇਸ ਪਲੇ ਵਿੱਚ ਆਉਂਦੇ ਹਾਂ। ਇਹ ਸਾਹਿਬ ਗੁਰੂ ਸਾਹਿਬ ਜੀ ਵੇਲੇ ਮਰਜ਼ਾਦਾ ਰਹੀ ਹੈ ਖਿਲਤ ਭੇਟ ਬਖਸ਼ਿਸ਼ ਕਰਨ ਦੀ। ਉਸ ਗੁਰੂ ਸਾਹਿਬ ਨੇ ਸਖਿਲਤਾ ਪੁੱਛੀਆਂ, ਕਰ ਸੰਤੁਸ਼ਟ ਅਧਿਕ ਸਨ ਮੰਨੇ, ਸਭ ਨੂੰ ਸੰਤੁਸ਼ਟ ਕੀਤਾ, ਬੜਾ ਹੀ ਮਸਨਾ ਦਿੱਤਾ। ਨੋ ਡਰ ਪਤੇ ਸਾਨੇ ਅਮਸਰ ਕਿਸਾਨ ਪੈਂਦੇ ਉਹ ਡੇ ਪਰ ਆਏ ਡੇਰੇ ਮਹੇ ਉਹ ਵਹਿ ਆਏ ਬਾਕੀ ਬਾਪੇ ਡੇਨ ਚਲੇ ਗਏ। ਹਨ ਬਨ ਕੋ ਸਤੂ ਜੀ ਆਪ ਹੋ ਛਾਸ਼ਿਆ
ਬਖਸਾ ਨਿਸ਼ਾ ਤੇ ਹਮ ਡੇਰੇ ਕਰ ਲਏ ਅਮੀ ਤੇ ਪੁੰਨ ਜਾਗੇ ਅੰਮ੍ਰਿਤ ਆਗ ਕੇ ਗਈ ਸੌ ਕਰਨ ਲਾਗੇ ਜਾਨ ਪਦਕ ਦੀ ਸੌ ਜੀ ਕਿਹਾ ਕਿ ਰਾਵਲੀ ਮੰਗੇ ਰਾਵਲੀ ਦਾ ਨੀਆ ਲਓ ਮੰਗਾ ਕੇ ਭਗਤ ਭਾਰ ਲਿਆਏ ਔਰ ਗੁਰੂ ਸਿੱਖ ਪੇ ਲਿਆਏ ਸਭ ਸੋ ਕੀ ਇਸ਼ਨ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ ਏਕੀ ਠਾਨਿਓ ਧਿਆਨ ਜੁਕੇ ਮਹਾਰਾਜ ਵਿੱਚ ਸਿਮਰਨ ਬੈਠ ਗਏ ਸਰੂਪ ਬ੍ਰਿਤੀ ਕੇ ਪੰਜ ਸਰੂਪ ਦੇ ਵਿੱਚ ਬ੍ਰਿਤੀ ਨੂੰ ਪਿਆ ਹੋਇਆ ਸੁਤਨ ਆਨੰਦ ਮਗਨ ਹੈ ਗੋਸਾਈ ਆਨੰਦ ਮਗੋ ਕਹਨੇ ਗੋਸਾਈ ਬੜਾ ਵਿਸ਼ਾਲ ਬੜਾ ਸੁੰਦਰ ਬਹੁਤ ਸੇ ਮਹਾਰਾਜ ਨੇ ਪਹਿਨ ਹੋਇਆ ਹੈ ਬੜੇ ਨਾਲ ਚੜ੍ਹਦੀ ਦੇ ਨਾਲ ਵੀ ਸਜੇ ਹੋਏ ਧਨ ਜੋਤ ਧਨ ਤੇ ਹੋਇਆ ਧਾਰਨ ਗੁਰਾ ਨੇ ਕਾਰ ਵੜੀ ਤੇਗ ਬੰਦੂਕ ਮਾਨ ਤੇ ਅਦਸਾਈ ਸ਼ਸਤਰਾਂ ਕੀਤੇ ਤੇ ਪੁਰਖ ਸੀਸ ਨਿਵਾਇਆ ਹੋ ਤੈਨ ਪਾਂ ਸ਼ਸ਼ ਸੀਸਾ ਕਿਰਪਾ ਨਾਮ ਸਿਮਰੋ ਮਹਾਂ ਦਾ ਨਾਮ ਸਿਮ ਕਿਉਂ ਕਿਉਂ ਦੀ ਨਗਰ ਬਏ ਹਨ ਆਹੋ ਚੱਲੇ ਕਾਰੀ ਇਹ ਸਵਾਹ ਹੋ ਕਾਜ ਲਪੇ ਹਨ ਗੋਇੰਦਾ ਲੈ ਉਪਰ ਦੁੰਦਾ ਬਿਓ ਦੀ ਧੁਨ ਪਰੀ ਖੜ ਗਿਆ ਹੈ ਜੀ ਆਵਾਜ਼ ਚਾਰ ਫੇਰ ਪ੍ਰਗਟ ਹੋਈ ਤੋਪਣ ਕੀ ਛਲਖ ਲਾਈ ਸਿਮ ਬੰਦੂਕਾਂ ਦੀ ਛਲਖ ਚਈ ਹੈ ਕੀ ਬੁਤਵਾ ਸਾਵਧਾਨ ਚੱਲੇ ਤੁਰਮ ਅਨੰਤੇ ਸਤਿਗੁਰਾਂ ਦੇ ਨਾਲ ਗੁਰੂ ਕੇ ਯੋਧੇ ਵੀ ਘੋੜਿਆਂ ਤੇ ਸਵਾਹ ਹੋ ਪਏ ਗੁਰੂ ਹਰ ਸਾਹਿਬ ਜੀ ਨੇ ਨਾਲ ਹੀ ਉੱਤੇ ਰਹਿ ਬਹਿ ਗਈ ਸ਼੍ਰੀ ਗੁਰੂ ਮਹਾਰਾਜ ਜੀ ਦੇ ਥਾਨ ਵਿਖੇ ਗਏ ਦੁੱਖ ਸੁੱਖ ਨਿਰਾਣ ਗੁਰੂ ਧੰਨ ਸ਼੍ਰੀ ਕਰਦਾ ਮਹਾਰਾਜ ਜੀ ਸਾਡੇ ਕਰੋ ਅੰਗੀਠਾ ਸਾਹਿਬ ਦੀ ਪਰਿਕਰਮਾ ਕੀਤੀ ਕਰ ਸੋ ਲਈ ਧੂਰ ਸਿਰ ਧੂਮਕ ਨੂੰ ਲਾਉਂਦੀ ਹੈ ਸੁਗੰਧਤ ਸਾਰੇ ਸੁੰਦਰ ਧੂਪ ਦੁਖਾਈ ਹੈ ਸੁਗੰਧੀਦਾਰ ਜੋ ਸਾਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦੇਵੇ ਸੁਮਨ ਸਮਾ ਮਾਲਾ ਤਹ ਲਰਕਾਹੀ ਤੇ ਸੁੰਦਰ ਫੁੱਲਾਂ ਦੀਆਂ ਮਾਲਾ ਇਤਿਆਦਿਕ ਲਟਕਾ ਕੇ ਪੂਜਨ ਕਰੇ ਗਰੀਬ ਨਿਵਾਹੀ ਪੂਜਣਾ ਕੀਤਾ ਹੈ ਨਮਸਕਾਰ ਮੱਥਾ ਟੇਕ ਕੇ ਮਤ ਗੁਰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਮਹਾਨ ਅੰਸ਼ ਨੂੰ ਆਪ ਜੀ ਨੇ ਸਨਮਾਨ ਦਿੱਤਾ ਜੋ ਤ੍ਰੇਹਣ ਸਾਹਿਬਜ਼ਾਦੇ ਹਨ ਕਰੀ ਹਕੜ ਸੁਣੀ ਦੇ ਕੋਲ ਆਇਆ ਤੇ ਉਹਨਾਂ ਦੀ ਬਈ ਕੀਤੀ ਉਠਾ ਸਕੇ ਗਲ ਲਾਏ ਸਾਰਿਆਂ ਨੂੰ ਨਾਲ ਪ੍ਰਸੰਨ ਹੋ ਕੇ ਪ੍ਰਥਮੇ ਦਇਓ ਦਰਬ ਸਮਦਾਏ ਬਹੁਤ ਸਾਰਾ ਧਨ ਵੀ ਭੇਟਾ ਕੀਤਾ ਗੁਰੂ ਕੇ ਅਸਥਾਨ ਵਿਖੇ ਅਰਦਾਸਾ ਕਰਵਾਇਆ ਭਾਉ ਭਗਤ ਸਭ ਕੀ ਬਹੁ ਕੀਨ ਭਾਉ ਭਗਤੀ ਪ੍ਰੇਮ ਦੇ ਨਾਲ ਸਾਰਿਆਂ ਦੇ ਪ੍ਰਤੀ ਕਰਕੇ ਕੋਸ਼ਿਸ਼ ਬਹੁ ਪਹਿਰਨ ਕੋ ਦੀਨ ਫਿਰ ਕੀਮਤੀ ਪੁਸ਼ਾਕਾਂ ਖਿਲਤ ਰੂਪ ਵਿੱਚ ਗੁਰੂ ਦੇ ਖਾਨ ਦੇ ਸਾਰੇ ਜੀਆਂ ਨੂੰ ਦਿੱਤੀਆਂ ਕੁਸ਼ਲ ਪੂਸ਼ਕਾਇ ਕਰ
ਸਨਮਾਨ ਕੱਲੇ ਕੱਲੇ ਦਾ ਹਾਲ ਪੁੱਛ ਪੁੱਛ ਕੇ ਸਨਮਾਨ ਕੀਤਾ ਬਹੁਰ ਮੰਗਾਇਓ ਬਹੁ ਪਕਵਾਨ ਫਿਰ ਬਹੁਤ ਸਾਰੇ ਪਕਵਾਨ ਮਿਠਿਆਈਆਂ ਇਤਿਆਦਿਕ ਮੰਗਵਾ ਕੇ ਸਭਨ ਕੋ ਬੈਠਾਏ ਅਚਾਵਾ ਸਾਰਿਆਂ ਨੂੰ ਬਿਠਾ ਕੇ ਛਕਾਇਆ ਹੈ ਆਪ ਕਿਰਪਾ ਕਰਕੇ ਪਰਮ ਪ੍ਰਸੰਨ ਹੋਏ ਤਿੰਨ ਖਾਵਾ ਪਰਮ ਪ੍ਰਸਿੱਧ ਉੱਤਰ ਪਏ ਵਾਲੇ ਪਾਸੇ ਸਤਾਰਾ ਸ਼ਿਕੋ ਰਾਜੇ ਨੇ ਸਾਰੇ ਤੇ ਬੜੇ ਸਾਰੇ ਅੱਡ ਅੱਪੇ ਵਾਲੇ ਦਸ ਯੋਗਾਂ ਪੰਥ ਚਲਾਏ ਬਸ ਇਸੇ ਪ੍ਰਕਾਰ ਕੇ ਭਾਈ ਗੁਰੂ ਜੀ ਜਿਵੇਂ ਲਿਖਿਆ ਹੈ ਨਾ ਬੜੇ ਬੜੇ ਜਿਹੜੇ ਅਜਮਤੀ ਪੀਰ ਜਾਂਦੇ ਕਰਦੇ ਨੇ ਆਪ ਵੱਡੇ ਵੱਡੇ ਪੀਰ ਰੱਜੂ ਆਪਾਂ ਜਾ ਕੇ ਦਰਸ਼ਾਂਗੇ ਜੋ ਗੁਰਮੁਖੀ ਸੰਗਤ ਜੀ ਵਡਿਆਈ ਕੋਈ ਪਿਆਰਿਆਂ ਨੇ ਭਾਈ ਗੁਰਮੁਖ ਸਿੱਖਣੀ ਮੇਰੇ ਵੱਡੇ ਸੰਗਤ ਕਰਕੇ ਪੰਗਤ ਇਹਨਾਂ ਦੀ ਹਰ ਵੇਲੇ ਪਰਮੇਸ਼ਰ ਦਾ ਰੂਪ ਕਰਕੇ ਲੋਕਾਂ ਦੇ ਵਿੱਚ ਬਾਬਾ ਜੀ ਜਿਹੜਾ ਕੋਈ ਬੋਲੀ ਇੱਕੋ ਇਹ ਨਹੀਂ ਸਿੱਖਾਂ ਤੇ ਜ਼ੁਲਮ ਕੀਤਾ ਮੇਰੇ ਪ੍ਰਮੁੱਖ ਫਿਰਕੇ ਨੇ ਸਤ ਸੰਗਤ ਜੀ ਔਰੰਗਜ਼ੇਬ ਨੇ ਉਹਨਾਂ ਨੂੰ ਵੀ ਨਾ ਬਖਸ਼ਿਆ ਉਹਨਾਂ ਤੇ ਇਸ ਤਰ੍ਹਾਂ ਦੇ ਨਾਲ ਵਾਰਤਾ ਕਰਨ ਲਈ ਗੱਲਬਾਤ ਕਰਨ ਲਈ ਝਗੜਾ ਨਾ ਹੋਵੇ ਵਕੀਲ ਵੀ ਭੇਜਿਆ ਗੱਲਬਾਤ ਕਰਨ ਲਈ ਜੀਵ ਨਰਕ ਮੈਂ ਦੁੱਖ ਹੈ ਇਹ ਕਰਮ ਕੇ ਇੱਕ ਸੈ ਕੋਨ ਰੱਖਿਆ ਜਾਵੇ ਜਦੋਂ ਅੰਤ ਦਾ ਵੇਲਾ ਆਇਆ ਕੋਈ ਕਿਸੇ ਨੇ ਇਹਦਾ ਸੰਗੀ ਸਾਥੀ ਨਹੀਂ ਬਣਨਾ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਣਾ ਤਿਮ ਮੁਜਕੋ ਕਹਿ ਬੁੱਧ ਬਤਾਵੇ ਇਸ ਪ੍ਰਕਾਰ ਦੇ ਨਾਲ ਬਚਨ ਬਿਲਾਸ ਔਰੰਗਜ਼ੇਬ ਦੇ ਤਾਈਂ ਸਮਝਾਉਣਾ ਸਤਿਗੁਰੂ ਜੀ ਦੀ ਸਿੱਖਿਆ ਹੈ ਔਰ ਪੀਰ ਸਾਈਂ ਮੀਆਂ ਮੀਰ ਦੀ ਸਿੱਖਿਆ ਹੈ ਇਹ ਚਾਹੁੰਦਾ ਔਰੰਗਜ਼ੇਬ ਨੂੰ ਸਮਝਾਉਣਾ ਪਹਿਲੇ ਸਮੇਂ ਕਰ ਆਪਣੇ ਆਪ ਦੇ ਤਾਈਂ ਉਹ ਇਸਲਾਮ
ਇਸ ਦੇ ਨਾਲ ਫਿਰ ਅੱਗੋਂ ਵਧਦੀ ਹੈ ਸਤਿਗੁਰ ਜੀ ਦੇ ਨਾਲ ਜੋ ਬਨ ਮਿਲਾ ਕਰਨਗੇ ਦਾਸ਼ ਨੂੰ ਪਤੇਣਗੇ ਇਹਨਾਂ ਦਾ ਗੋਦ ਦੇ ਕੀ ਕਰਨ ਪ੍ਰਸੰਗ ਇਹ ਤੇ ਅੱਜ ਦੀ ਆਨੀ ਕਥਾ ਕੀ ਤੇ ਗਲਤੀਆਂ ਭਾਈ ਸਤਿਗੁਰੂ ਤੇ ਗੁਰੂ ਸੰਗਤ ਆਪ ਸੋਚ ਲੈਣਾ ਅਸੀਂ ਸੰਤ ਦਾਸਾਂ ਜੀ ਕੇ ਸਰਦਾਰ ਕੀਆਂ ਹੁਕਮ ਪ੍ਰਾਪਤ ਕਰੇ ਜੀ ਜੋ ਹੈ ਬੁੱਧ ਥਾ ਮੈਂ ਮੰਦ ਮਰੀ ਆਵੇ ਆਹੀ ਲਾਲ ਸਭੀ Oh,
ਤੁਧ ਸੰਸਾਰ ਪਾਇਆ ਤੁਧ ਸੰਸਾਰ ਰਹਿਦਾ ਵੇਗੀ ਆਪਣਾ ਵੇਗੀ ਅਮਰ ਜੋ ਅੰਤਰਾ ਜੋ ਵੀ ਜੋ ਗੋਗੀਆਂ ਗੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਆਵਾ ਆਵਾ ਜਨਮ ਹੋਇਆ
Sapar 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 sapar